ਚੋਰਾਂ ਵੱਲੋਂ ਆਮ ਲੋਕਾਂ ਤੋਂ ਕੀ ਬਖਸ਼ਣਾ ਸੀ, ਹੁਣ ਰੱਬ ਨੂੰ ਵੀ ਨਹੀਂ ਬਖਸ਼ਦੇ। ਇੱਕ ਮਾਮਲਾ ਹੈ ਜ਼ਿਲ੍ਹਾ ਰੂਪਨਗਰ ਦੇ ਨੰਗਲ ਇਲਾਕੇ ਤੋਂ, ਜਿੱਥੇ ਸ਼ਕਤੀਖੰਡ ਪੀਠ ਜੁਲਫਾ ਦੇਵੀ ਦਾ ਮੰਦਿਰ, ਜਿੱਥੇ ਇੱਕ ਵਿਅਕਤੀ ਵੱਲੋਂ ਮਾਤਾ ਦੇ ਸੋਨੇ ਦੇ ਭੂਸ਼ਣ ਚੋਰੀ ਕਰਕੇ ਲੈ ਗਿਆ। ਮਿਲੀ ਜਾਣਕਾਰੀ ਅਨੁਸਾਰ ਪੁਜਾਰੀ ਨੇ ਦੱਸਿਆ ਕਿ ਕੁਝ ਸਮੇਂ ਲਈ, ਸ਼ਾਮ ਨੂੰ 7 ਤੇ 8 ਵਿਚਕਾਰ ਕੁਝ ਮਿੰਟਾਂ ਲਈ ਉਹ ਮਾੜਾ ਬਾਹਰ ਗਿਆ ਸੀ ਤੇ ਇੱਕ ਨੌਜਵਾਨ ਉੱਥੇ ਟਹਿਲ ਰਿਹਾ ਸੀ। ਜਦੋਂ ਵਾਪਸ ਆ ਕੇ ਦੇਖਿਆ ਮਾਤਾ ਦੇ ਸੋਨੇ ਦੇ ਝੁਮਕੇ ਤੇ ਨੱਥ ਗਾਇਬ ਸੀ। ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ। ਪੁਲਿਸ ਵੱਲੋਂ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੰਦਭਾਗੀ ਜਿਹੜੀ ਹੋਈ ਜੀ, ਇੱਕ ਮਿੰਟ ਦੋ ਚਾਰ ਮਿੰਟ ਦੇ ਵਿੱਚ ਹੋ ਗਈ। ਮੈਂ ਕੋਈ ਲੰਬਾ ਚੌੜਾ ਨਹੀਂ ਗਿਆ, ਮੈਂ ਸਿਰਫ ਮੇਰੀ ਪਿੱਠ ਹੋਈ ਉੱਧਰ ਨੂੰ, ਮੈਂ ਥੋੜ੍ਹਾ ਜਿਹਾ ਅੱਗੇ ਗਿਆ, ਕਿਸੇ ਨੇ ਝੰਡੇ ਹੱਥ ਡੰਡਾ ਚਾਹੀਦਾ ਤਾਂ ਮੈਂ ਉਹਨੂੰ ਦਿਖਾਉਣ ਖਾਤਰ ਮਾੜਾ ਜਿਹਾ ਗਿਆ ਵੀ ਉੱਥੇ 'ਤੇ ਲੈ ਲਓ, ਠੀਕ ਹੈ। ਬਸ ਇੰਨਾ ਕੀ ਹੋਇਆ, ਬਸ ਸਿਰਫ 4-5 ਮਿੰਟ ਦੇ ਵਿੱਚ ਇਹ ਕੰਮ ਹੋ ਗਿਆ। ਅਤੇ ਇੱਕ ਜਿਹੜਾ ਲੜਕਾ ਥਾ ਇੱਥੇ, ਹੁਣ 20-25 ਸਾਲ ਦਾ, 25 ਸਾਲ ਦਾ, 25-26 ਸਾਲ ਦਾ, ਅਤੇ ਉਹ ਬਾਹਰਲੇ ਪਾਸੇ ਜ਼ਰੂਰ ਬੈਠਾ ਤਾ, ਦਰਵਾਜ਼ੇ ਦੇ ਬਾਹਰਲੇ ਪਾਸੇ ਬੜੀ ਦੇਰ ਦਾ ਬੈਠਾ ਤਾ। ਵੀ ਸਾਡੇ ਦਿਮਾਗ 'ਚ ਇਹ ਨਹੀਂ ਥਾ ਵੀ ਇਹਨੂੰ ਕਹੀਏ ਵੀ ਜਾ ਕੇ ਆਪ ਇਹ ਚੋਰੀ ਕਰਨ ਦੀ ਨੀਤ ਨਾਲ ਬੈਠਾ ਜਾਂ ਕੁਛ ਬੈਠਾ, ਐਸਾ ਤਾਂ ਕੋਈ ਦਿਮਾਗ 'ਚ ਨਹੀਂ ਥਾ। ਇਹ ਇੰਨੇ 'ਚ ਉਹ ਮਤਲਬ ਕੰਮ ਹੋ ਗਿਆ 2-4 ਮਿੰਟ 'ਚ। ਹਾਂਜੀ, ਕੋਈ ਲੋਕਾਂ ਨੇ ਦੇਖਿਆ? ਲੋਕਾਂ ਨੇ, ਸੰਗਤ ਨੇ, ਉਹ ਜਿਸ ਤਰ੍ਹਾਂ ਅਸੀਂ ਦੱਸਿਆ ਇੱਥੇ ਸੰਗਤ ਆ ਗਈ ਨਾਲ ਦੀ ਨਾਲ ਹੀ ਹੋਰ ਆ ਗਈ, ਤਾਂ ਉਹਨਾਂ ਨੇ ਕਿਹਾ ਵੀ ਹੁਣੇ ਹੁਣੇ ਮੁੰਡਾ ਇੱਕ ਪੌੜੀਆਂ ਉਤਰਿਆ ਅਤੇ ਇੱਕ ਬੰਦਾ ਜਿਹੜਾ ਥਾ, ਇੱਕ ਮੁੰਡਾ ਹੋਰ ਥਾ, ਉਹ ਮੋਟਰਸਾਈਕਲ 'ਤੇ ਪਹਿਲਾਂ 'ਤੇ ਸਵਾਰ ਥਾ, ਅਤੇ ਉਹ ਮਤਲਬ ਮੋਟਰਸਾਈਕਲ ਲੈ ਕੇ ਗਏ। ਮੈਨੂੰ ਜਦੇ ਪਤਾ ਲੱਗ ਗਿਆ ਜੀ, 15 ਮਿੰਟ ਜਦ ਮੈਂ ਵਾਪਸੀ ਆਇਆ ਨਾ ਜੀ, ਉਸ ਤੋਂ ਬਾਅਦ ਜਦੇ 10 ਮਿੰਟ ਬਾਅਦ ਹੀ, 5-7 ਮਿੰਟ ਬਾਅਦ ਹੀ ਪਤਾ ਲੱਗ ਗਿਆ, ਪਰ ਜਦ ਤੱਕ ਉਹ ਨਿਕਲ ਚੁੱਕੇ ਥੇ। ਮਾਮਲਾ ਇਹ ਜੀ ਵੀ 7:30-8 ਮੈਨੂੰ ਪਿੰਡ ਜੀ ਦਾ ਫੋਨ ਆਇਆ, ਮੈਂ ਤਾਂ ਆਪਣੇ ਘਰ ਤਾਂ, ਅਤੇ ਉਹ ਕਹਿੰਦੇ ਇੱਦਾਂ ਇੱਦਾਂ ਹੋ ਗਿਆ, ਆਪਾਂ ਉੱਪਰ ਆਏ ਪਿੰਡ ਜੀ, ਮੈਂ ਸਾਡੇ ਨੇ ਕਿਤੇ ਜਾਣਾ ਤਾਂ ਮਨੀਮਹੇਸ਼, ਠੀਕ ਹੈ ਜੀ, ਉਹ ਕਿਤੇ ਝੰਡਾ ਝੁੰਡਾ ਪਤਾ ਨਹੀਂ ਬਾਹਰ ਕਰਦੇ ਤਿਆਰ,
ਇੰਨੇ ਟਾਈਮ ਦੂਜੇ ਪੰਡਿਤ ਜੀ ਬਾਹਰ ਚਲ ਗਏ, ਬਸ ਇੰਨੇ ਟਾਈਮ 'ਚ ਹੀ ਹੋ ਗਿਆ ਜੀ ਕੰਮ। ਨੱਥ ਝੁੰਮਕੇ ਇਹਦਾ ਕੋਈ ਆਈਡੀਆ ਨਹੀਂ, ਬਿੱਲ ਦੇਖਣਾ ਪੈਣਾ ਜੀ। ਕੈਮਰੇ ਦਾ ਹੈਗਾ ਜੀ 15-16 ਚੱਲਦੇ ਭਾਅ ਜੀ। ਅਸੀਂ ਪਿੱਛੇ ਇੱਕ ਮਹੀਨਾ ਪਹਿਲਾਂ ਸਾਡਾ ਮੁੰਡਾ ਕਰਕੇ ਗਿਆ, ਸਾਰੇ ਚੱਲਦੇ ਸੀ। ਹੁਣ ਦੋ ਰੋਜ਼ ਅਸੀਂ ਵੀ ਨਹੀਂ ਦੇਖਦੇ, ਆਈਦਾ ਐਤਵਾਰ ਨੂੰ ਆਈਦਾ, ਕਿਤੇ ਕੰਮ ਚੱਲਦਾ ਹੋਵੇ ਤਾਂ ਆਈਦਾ, ਠੀਕ ਹੈ ਜੀ। ਅਤੇ ਚੱਲਦੇ ਤਾਂ ਹੁਣ ਕਿਆ ਕਹਿ ਸਕਦੇ, ਕਿਹੜਾ ਨਹੀਂ ਚੱਲਦਾ ਕਿਹੜਾ ਨਹੀਂ ਚੱਲਦਾ, ਡੀਬੀਟੀ ਸਾਡੀ ਥੱਲੇ ਪਈ ਹੁੰਦੀ। ਜਗਵੰਤ ਟੀਵੀ ਲਈ ਮੈਂ ਹਰੀਸ਼ ਬਟਲਾ, ਰੂਪਨਗਰ।